ਮੈਂ ਆ ਦੂਰੋਂ ਚੱਲ ਕੇ ਮੈਂ ਤਕੀ ਤੋ ਸਰਣਾ ਜਿਉ ਮੈਂ ਆਸ ਰੱਖੀ ਚਿਤ ਸਭ ਦੁੱਖ ਗੁਵਾਏ ਜੀਉ ਕਹਾਂ ਬੁੱਧ ਪ੍ਰਭ ਤੁਸ ਹਮਾਰੀ ਬਰਨ ਸਕੈ ਮਨ ਸਕਤ ਕਰਿ ਸਫਤ ਤੁਮਾਰੀ ਆਪੁ ਲਿਹੁ ਤੁਮ ਕਥਾ ਸੁਦਾ ਸਤਿਰਖਟ ਪੈੰਗ ਗਰਨ ਚੜ ਜਾਏ ਆਂਦ ਲਖਾ ਬਦਰ ਸੁਣਾ ਜਉ ਕਾ ਸਨਮਾਨ ਯੋਗ ਗੁਰੂ ਖਾਲਸਾ ਸਤ ਸੰਗਤ ਜਿਓ ਪਿਆਰ ਸਤਕਾਰ ਸਹਿਤ ਸਤਗੁਰੂ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਤਾਂ ਜੁਗੋ ਜੁਗ ਅਟਲ ਸਤਗੁਰੂ ਚਬਰ ਤਖਤ ਸ਼ਤਰ ਦੇ ਮਾਲਕ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੂਤ ਜਹਰਾ ਜਹੂਰ ਹਾਜ਼ਰਾ ਹਜੂਰ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਅੱਜ ਹਫਤਾਵਰੀ ਐਤਵਾਰ ਦੇ ਦੰਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ ਦਾਸ ਤੋਂ ਪਹਿਲਾਂ ਹਾਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਸਰਵਣ ਕਰਵਾਇਆ ਉਪਰੰਤ ਸਾਡੀ ਅਤੀ ਸਤਿਕਾਰਯੋਗ ਸਿੰਘ ਸਾਹਿਬ ਦਮਨ ਮੇ ਟਕਸਾਲ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸਵਿੰਦਰ ਸਿੰਘ ਜੀ ਸਭ ਕਾ ਜਥੇਦਾਰ ਤਖਤਗ੍ਰਿ ਕਿਸਗੜ ਸਾਹਿਬ ਅਨੰਦਪੁਰ ਸਾਹਿਬ ਵਾਲਿਆਂ ਨੇ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਵਾਈ ਦਾਸ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਹੁਕਮ ਹੋਇਆ ਹੈ ਕੁਝ ਸਮਾ ਸੰਗਤ ਦੀ ਦਰਸ਼ਨ ਕਰਾਂ ਸਤਿਗੁਰੂ ਦਾ ਹੁਕਮ ਹੈ ਗੁਰ ਸਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੈ ਜੋ ਗੁਰ ਕਹੈ ਸੋਈ ਪਲ ਮੰਨਹੁ ਹਰ ਹਰ ਕਥਾ ਨਰਲੀ ਅਗੋਰ ਸਿੱਖੋ ਗੁਰੂ ਦੇ ਪਿਆਰ ਵਾਲਿਓ ਜੇ ਤੁਸੀਂ ਆਪਣਾ ਜੀਵਨ ਸਫਲ ਕਰਨਾ ਹੈ ਫਿਰ ਗੁਰੂ ਦਰਸਾਏ ਮਾਰਗ ਤੇ ਚੱਲੋ ਉਹ ਮਾਰਗ ਕਿਹੜਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਨਿਰਮਲ ਪੰਥ ਹੈ ਨਿਰਮਲ ਤੋਂ ਪਾਵ ਉज्जਲ ਪਵਿੱਤਰ ਹੁਣ ਕਈ ਸੱਜਣ ਨਿਰਮਲ ਪੰਥ ਤੋਂ ਪਾਵ ਨਿਰਮਲ ਪੀਖਦਾ ਵੀ ਅਰਥ ਗ੍ਰਹਿਣ ਕਰਦੇ ਨੇ ਪਰ ਯਾਦ ਰੱਖੋ ਨਿਰਮਲ ਇੱਕ ਪੀਖਤਾ ਹੈ ਪਰ ਇਤੇ ਨਿਰਮਲ ਦਾਰਥ ਨਿਰਮਲ ਪੀਖ ਨਹੀਂ ਨਿਰਮਲ ਦਾਰਥ ਹੈ ਨਰੂਲ ਪਵਿੱਤਰ ਸ਼ੁੱਧ ਰਸਤਾ ਉਹ ਹੈ ਗੁਰਸਿੱਖੀ ਦਾ ਮਾਰਗ ਉਸੇ ਮਾਰਗ ਨੂੰ ਨਰਾਲਾ ਪੰਥ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸ਼ਬਦ ਜਿਤੀ ਸਿੱਧ ਮੰਡਲੀ ਇਹ ਤੁਸੀਂ ਆਪਣਾ ਪੰਥ ਨਿਰਾਲਾ ਹੁਣ ਆਪਾਂ ਸਾਰੇ ਇੰਡੀਆ ਤੋਂ ਆਏ ਆ ਉਥੇ ਇੱਕ ਬੜਾ ਹੀ ਨਾਜ਼ੁਕ ਜਿਹਾ ਮਸਲਾ ਅਸੀਂ ਬੜੀ ਦੇਰ ਤੋਂ ਸੁਣਦੇ ਆ ਰਹੇ ਹਾਂ ਇੰਡੀਆ ਗਵਰਨਮੈਂਟ ਉਹ ਸਾਨੂੰ ਸਿੱਖ ਵਖਰੀ ਕੌਮ ਹੈ ਮੰਨਣ ਲਈ ਤਿਆਰ ਨਹੀਂ ਪਰ ਜਦੋਂ ਸਾਡਾ ਸਭ ਕੁਝ ਹੀ ਵਖਰਾ ਹੈ ਤੇ ਫਿਰ ਸਾਨੂੰ ਇਹ ਗੱਲ ਕਹਿਣ ਤੋਂ ਕਦੀ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਸਿੱਖ ਕੌਮ ਵਖਰੀ ਕੌਮ ਹੈ ਸਿੱਖ ਧਰਮ ਇਕ ਨਿਰਮਲ ਪੰਥ ਹੈ ਇਹ ਇੱਕ ਨਿਰਾਲਾ ਪੰਥ ਹੈ ਇੱਕ ਗਾਡੀ ਰਾਹ ਹੈ ਗੁਰਮੁਖ ਗਾਡੀ ਰਾਹ ਚ ਲਾਇਆ ਅਸੀਂ ਤਾਂ ਪਹਿਲਾਂ ਤੋਂ ਹੀ ਸਾਰਿਆਂ ਤੋਂ ਵੱਖਰੇ ਹਾਂ ਜੀ ਐਸੀ ਗੱਲ ਹੁੰਦੀ ਤਾਂ ਕਲਗੀਧਰ ਪਾਤਸ਼ਾਹ ਇਹ ਨਾ ਆਖ ਦੇਂ ਜਬ ਲ ਖਾਲਸਾ ਰਹੇ ਨਿਹਾਰਾ ਤਬ ਲਗਤੇ ਜੀਉ ਮੈਂ ਸਰ ਜਬ ਗਏ ਵਿਪਰਣ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀਤ ਸੇਖ ਧਰਮ ਸਿੱਖੀ ਦਾ ਮਾਰਗ ਇਹ ਪਹਿਲਾ ਹੀ ਨਿਰਾਲਾ ਪੰਥ ਸੀ ਉਸੇ ਨਿਰਾਲੇ ਪੰਥ ਨੂੰ ਨਿਰਮਲ ਪੰਥ ਨੂੰ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦਾ ਨਾਮ ਦੇ ਦਿੱਤਾ ਹੈ ਜਿਹੜਾ ਖਾਲਸਾ ਸ਼ਬਦ ਹੈ ਇਹਦੇ ਬਾਰੇ ਮਹਾਪੁਰਖ ਇਹ ਵਿਚਾਰ ਦੱਸਦੇ ਸਨ ਖਾਲਸਾ ਅਰਥ ਹੁੰਦਾ ਹੈ ਨਰੂਲ ਮਿਲਾਵਟ ਤੋਂ ਰਹਿਤ ਸ਼ੁੱਧ ਪਵਿੱਤਰ ਆਪਾਂ ਉਸ ਨੂੰ ਆਖ ਸਕਦੇ ਹਾਂ ਤੇ ਨਿਰਮਲ ਦਾ ਅਰਥ ਵੀ ਉਹੀ ਹੈ ਨਿਰਮਲ ਪੰਥ ਨੂੰ ਹੀ ਉਸ ਪਵਿੱਤਰ ਪੰਥ ਨੂੰ ਹੀ ਗੁਰੂ ਮਹਾਰਾਜ ਨੇ ਖਾਲਸਾ ਪੰਥ ਦਾ ਨਾਮ ਦਿੱਤਾ ਤੇ ਜਿਹੜਾ ਕਲਗੀਧਰ ਪਾਤਸ਼ਾਹ ਨੇ ਸਾਨੂੰ ਫਤਿਹ ਦਾ ਨਾਰਾ ਬਖਸ਼ਿਸ਼ ਕੀਤਾ ਹੈ ਜਦੋਂ ਵੀ ਕੋਈ ਗੋਰ ਸਿੱਖ ਅਮਰਤਾਰੀ ਸਿੰਘ ਸਿੰਘ ਨੂੰ ਮਿਲੇ ਤਾਂ ਉਸ ਵੇਲੇ ਉਸ ਨੇ ਗੱਜ ਕੇ ਫਤਿਹ ਬੁલાਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਥੋਂ ਇਹ ਅਰਥ ਸਿੱਧ ਹੁੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਇਹ ਖਾਲਸਾ ਵਾਹਿਗੁਰੂ ਜੀ ਦਾ ਹੈ ਜਿਹੜੇ ਫਾਰਸੀ ਦੇ ਵਿਦਵਾਨ ਨੇ ਉਹਨਾਂ ਨੇ ਖਾਲਸ ਜਾਂ ਖਾਲਸਾ ਸ਼ਬਦ ਦਾ ਅਰਥ ਇਹ ਵੀ ਕੀਤਾ ਹੈ ਪੁਰਾਣੇ ਸਮੇਂ ਦੇ ਵਿੱਚ ਦੋ ਕਿਸਮ ਦੀ ਜ਼ਮੀਨ ਹੁੰਦੀ ਸੀ ਇੱਕੋ ਜ਼ਮੀਨ ਸੀ ਜੋ ਜ਼ਗੀਰਦਾਰਾਂ ਨੂੰ ਬਾਦਸ਼ਾਹ ਵੱਲੋਂ ਅਲਾਟ ਕੀਤੀ ਜਾਂਦੀ ਸੀ ਦੂਸਰੀ ਜ਼ਮੀਨ ਉਹ ਹੁੰਦੀ ਸੀ ਜਿਸ ਉੱਤੇ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੁੰਦੀ ਸੀ ਖਾਲਸਾ ਉਸ ਜ਼ਮੀਨ ਨੂੰ ਆਖਿਆ ਜਾਂਦਾ ਸੀ ਜਿਸ ਉੱਤੇ ਬਾਦਸ਼ਾਹ ਦੀ ਸਿੱਧੀ ਮਾਲਕੀਅਤ ਦਰਜ ਹੋਵੇ ਕਿਸੇ ਦਾ ਉਜਰ ਨਾ ਹੋਵੇ ਕਿਸੇ ਦਾ ਰੌਲਾ ਨਾ ਹੋਵੇ ਉਸ ਨੂੰ ਖਾਲਸ ਜ਼ਮੀਨ ਆਖਿਆ ਜਾਂਦਾ ਸੀ ਹੁਣ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਤਾਂ ਉਸ ਵੇਲੇ ਗਰੀਬਨワਾਰ ਸਤਿਗੁਰੂ ਜੀ ਨੇ ਇਹ ਬਚਨ ਕਹੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਉ ਖਾਲਸਾ ਪਰਮਾਤਮਾ ਦੀ ਮੌਜ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਅਕਾਲ ਪੁਰਖ ਦੀ ਹੀ ਮਾਲਕੀਅਤ ਹੈ ਤੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਪੰਦੀ ਸਿਰਜਣਾ ਕਰਕੇ ਤੇ ਇਹਨੂੰ ਅਕਾਲ ਪੁਰਖ ਦੀ ਝੋਲੀ ਵਿੱਚ ਹੀ ਪਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਇਹ ਫੇਰ ਕਦੇ ਖਾਲਸੇ ਦੇ ਮਨ ਦੇ ਵਿੱਚ ਹੰਕਾਰਨਾ ਪੈਦਾ ਹੋ ਜਾਵੇ ਕਿਉਂਕਿ ਇਹ ਇੱਕ ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ਹੈ ਅਸੀਂ ਚੰਗਾ ਕੰਮ ਕਰੀਏ ਉਹਦਾ ਵੀ ਹੰਕਾਰ ਹੋ ਜਾਂਦਾ ਹੈ ਚੰਗੇ ਕੰਮ ਦਾ ਹੰਕਾਰ ਹੋਣਾ ਕੁਦਰਤੀ ਗੱਲ ਹੈ ਪਰ ਕਈ ਵਾਰੀ ਮਾੜੇ ਕੰਮ ਦਾ ਵੀ ਹੰਕਾਰ ਮਨੁੱਖ ਕਰ ਲੈਂਦਾ ਹਰ ਜੀਓ ਹੰਕਾਰ ਨਾ ਭਾਵੇ ਵੇਦਕੂਕ ਸੁਣਾਵੇ ਮਹਾਪੁਰਖ ਸੱਚਖੰਡ ਵਾਸੀ ਪੰਥ ਰਤਨ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਅਕਸਰ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਸਨ ਉਹ ਕਹਿੰਦੇ ਸਨ ਕਿਸੇ ਪੰਛੀ ਨੂੰ ਸੋਨੇ ਦੇ ਪਿੰਜਰੇ ਵਿੱਚ ਕੈਦ ਕਰ ਦਿਓ ਕਿਸੇ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿਓ ਪਿੰਜਰਾ ਚਾਹੇ ਸੋਨੇ ਦਾ ਹੋਵੇ ਚਾਹੇ ਲੋਹੇ ਦਾ ਹੋਵੇ ਕੋਈ ਫਰਕ ਨਹੀਂ ਜਿਹੜਾ ਪੰਛੀ ਪਿੰਜਰੇ ਵਿੱਚ ਕੈਦ ਹੋ ਗਿਆ ਤੇ ਉਹ ਕੈਦੀ ਤੇ ਬਾਣੀ ਜਾਂਦਾ ਆਪਾਂ ਉਸ ਨੂੰ ਕਿਸੇ ਤਰ੍ਹਾਂ ਵੀ ਆਜ਼ਾਦ ਨਹੀਂ ਕਹਿ ਸਕਦੇ ਇਸੀ ਤਰ੍ਹਾਂ ਮਨੁੱਖ ਚਾਹੇ ਚੰਗੇ ਕੰਮ ਦਾ ਹੰਕਾਰ ਕਰ ਲਵੇ ਚਾਹੇ ਮਾੜੇ ਕੰਮ ਦਾ ਕਿਸੇ ਮਨੁੱਖ ਦੇ ਪੈਰਾਂ ਨੂੰ ਲੋਹੇ ਦੀ ਬੀੜੀ ਪਾ ਦਿਓ ਦੂਸਰੇ ਨੂੰ ਸੋਨੇ ਦੀ ਬੀੜੀ ਪਾ ਦਿਓ ਬੀੜੀ ਤਾਂ ਬੀੜੀ ਹੈ ਹਥਕੜੀ ਤਾਂ ਹਥਕੜੀ ਹੈ ਸੋਨੇ ਚਾਂਦੀ ਦਾ ਲੋਹੇ ਦਾ ਕੋਈ ਫਰਕ ਨਹੀਂ ਮੰਨਿਆ ਜਾ ਸਕਦਾ ਜਿਹਨੂੰ ਹਥਕੜੀ ਵੱਜ ਗਈ ਔਰ ਉਹ ਕੈਦੀ ਹੋ ਗਿਆ ਉਹ ਗੁਲਾਮ ਹੋ ਗਿਆ ਉਹ ਮੁਜ਼ਰਮ ਹੋ ਗਿਆ ਉਹ ਦੋਸ਼ੀ ਗੁਨਾਹਗਾਰ ਹੋ ਗਿਆ ਤੇ ਆਪਾਂ ਉਸ ਨੂੰ ਕਿਸੇ ਤਰ੍ਹਾਂ ਵੀ ਮੁਕਤ ਨਹੀਂ ਕਹਿ ਸਕਦੇ ਆਜ਼ਾਦ ਨਹੀਂ ਕਹਿ ਸਕਦੇ ਇਸੇ ਤਰ੍ਹਾਂ ਮਹਾਪੁਰਖ ਆਖਦੇ ਸਨ ਗੁਰੂ ਮਹਾਰਾਜ ਨੇ ਹੰਕਾਰ ਤੋਂ ਬਚਣ ਦੇ ਲਈ ਖਾਲਸੇ ਨੂੰ ਅਕਾਲ ਪੁਰਖ ਦੀ ਝੋਲੀ ਪਾ ਦਿੱਤਾ ਤੇ ਨਾਲ ਹੀ ਇਹ ਗੱਲ ਫਤਿਹ ਦਾ ਦੂਜਾ ਪਾਠ ਵਾਹਿਗੁਰੂ ਜੀ ਕੀ ਫਤਿਹ ਜਦੋਂ ਖਾਲਸੇ ਦੀ ਕਦੀ ਜਿੱਤ ਹੋਵੇ ਤੇ ਉਹਨੂੰ ਹੰਕਾਰ ਨਾ ਹੋ ਜਾਵੇ ਕਿਉਂਕਿ ਮਨੁੱਖ ਨੂੰ ਆਪਣੀ ਜਿੱਤ ਦਾ ਹੰਕਾਰ ਬਹੁਤ ਛੇਤੀ ਹੁੰਦਾ ਆ ਤੁਸੀਂ ਅਕਸਰ ਇੰਡੀਆ ਦਾ ਮਾਹੌਲ ਦੇਖਦੇ ਹੋ ਜਦੋਂ ਇਲੈਕਸ਼ਨ ਆਉਂਦੀ ਕੋਈ ਜਿੱਤ ਜਾਂਦਾ ਹੈ ਕਿਵੇਂ ਉਹ ਖੁਸ਼ੀ ਦੇ ਜਸ਼ਨ ਮਨਾਉਂਦੇ ਨੇ ਲੱਡੂ ਵੰਡਦੇ ਆ ਢੋਲ ਵਜਾਉਂਦੇ ਆ ਬੜਾ ਡੰਬਰ ਕਰਦੇ ਨੇ ਤੇ ਮੀਟਾਂ ਸ਼ਰਾਬਾਂ ਦੇ ਦੌਰ ਚੱਲਦੇ ਨੇ ਖੁਸ਼ੀ ਦਾ ਪ੍ਰਗਟਾਵਾ ਪਰ ਹਜੂਰ ਕਹਿੰਦੇ ਨਹੀਂ ਜੇ ਤੁਹਾਡੀ ਜਿੱਤ ਹੈ ਤੇ ਜਿੱਤ ਵੀ ਤੁਹਾਡੀ ਨਹੀਂ ਜਿਸ ਦੀ ਝੂਲੀ ਵਿੱਚ ਪਾਇਆ ਉਸੇ ਵਾਹਿਗੁਰੂ ਦੀ ਫਤਿਹ ਹੈ ਤੁਸੀਂ ਉਹਦੀ ਝੂਲੀ ਵਿੱਚ ਪਏ ਰਹੋਗੇ ਤੇ ਤੁਹਾਡੀ ਹਮੇਸ਼ਾ ਫਤਿਹ ਰਹੇਗੀ ਜੇ ਤੁਸੀਂ ਉਹਦੀ ਝੂਲੀ ਛੱਡ ਦਿੱਤੀ ਉਹਦੀ ਸ਼ਰਨ ਤੋਂ ਲਾਂਭੇ ਹੋ ਗਏ ਤੇ ਫੇਰ ਤੁਹਾਡੀ ਜਿੱਤ ਹਰ ਵਿੱਚ ਵੀ ਬਦਲ ਸਕਦੀ ਹੈ ਇਸ ਲਈ ਖਾਲਸੇ ਨੂੰ ਗੁਰੂ ਮਹਾਰਾਜ ਨੇ ਸੁਚੇਤ ਕਰਨ ਦੇ ਲਈ ਵੀ ਹਮੇਸ਼ਾ ਵਾਹਿਗੁਰੂ ਦੇ ਲੜ ਲਾਇਆ ਤੇ ਵਾਹਿਗੁਰੂ ਦਾ ਬਣਿਆ ਰਹੇ ਇਸ ਲਈ ਜਦੋਂ ਅਸੀਂ ਫਤਿਹ ਬੁਲਾਉਣੀ ਹੈ ਇਸ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਹੈ ਵੀ ਇਹ ਖਾਲਸਾ ਕਿਸੇ ਦਾ ਨਹੀਂ ਵਾਹਿਗੁਰੂ ਜੀ ਦਾ ਹੈ ਇਹ ਜਿੱਤ ਵੀ ਕਿਸੇ ਦੀ ਨਹੀਂ ਵਾਹਿਗੁਰੂ ਦੀ ਹੈ ਕਲਗੀਧਰ ਪਾਤਸ਼ਾਹ ਨੇ ਵੀ ਜਦੋਂ ਪੰਗਾਣੀ ਦਾ ਜੰਗ ਜਿੱਤਿਆ ਨਾ ਉਸ ਵੇਲੇ ਇਹ ਗੱਲ ਆਖੀ ਸੀ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ ਜੇ ਮੇਰੀ ਜਿੱਤ ਹੋਈ ਹੈ ਵਾਹਿਗੁਰੂ ਤੇਰੀ ਕਿਰਪਾ ਨਾਲ ਹੋਈ ਹੈ ਤੇਰੀ ਕਿਰਪਾ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤਾ ਹੈ ਮੂਲ ਮੰਤਰ ਦੇ ਅੰਦਰ ਜਿਹੜਾ ਗੁਰਪ੍ਰਸਾਦ ਸ਼ਬਦ ਹੈ ਨਾ ਗੁਰਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ ਜੋ ਵੀ ਕੁਛ ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ ਜਾਂ ਹੋਣਾ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਹੋਣਾ ਗੁਰਸਿੱਖ ਨੇ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਯਾਦ ਰੱਖੋ ਗੁਰੂ ਦੀ ਸ਼ਰਨ ਵਿੱਚ ਪੈਣਾ ਇਹਦਾ ਬੜਾ ਭਾਰੀ ਸਾਨੂੰ ਲਾਭ ਹੁੰਦਾ ਇੱਕ ਪੰਜਾਬੀ ਦੀ ਪਿੰਡੂ ਕਹਾਵਤ ਹੈ ਬਾਪੂ ਬਾਪੂ ਕਹਿੰਦੇ ਸੀ ਬੜੇ ਸੁਖਾਲੇ ਰਹਿੰਦੇ ਸੀ ਬਾਪੂ ਸਦਵਾਇਆ ਬੜਾ ਦੁੱਖ ਪਾਇਆ ਇਹਦੇ ਪਿੱਛੇ ਇੱਕ ਰਾਜ ਸੀ ਇੱਕ ਸਿੱਖਿਆ ਸੀ ਜਦੋਂ ਬੱਚਾ ਛੋਟਾ ਹੁੰਦਾ ਹੈ ਨਾ ਜਿਹੜੀ ਜੀ ਦੀ ਲੋੜ ਹੁੰਦੀ ਹੈ ਤੇ ਆਪਦੇ ਬਾਪੂ ਨੂੰ ਜਾ ਕੇ ਕਹਿੰਦਾ ਬਾਪੂ ਆਹ ਚਾਹੀਦਾ ਹੈ ਆਹ ਚਾਹੀਦਾ ਤੇ ਬਾਪੂ ਬੱਚੇ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਜਦੋਂ ਬਾਪੂ ਦਾ ਸਾਆ ਉੱਠ ਜਾਂਦਾ ਹੈ ਬੱਚਾ ਵੱਡਾ ਹੋ ਜਾਂਦਾ ਹੈ ਤੇ ਫਿਰ ਗਾਂ ਪਰਿਵਾਰ ਵੱਧ ਉਹਦੇ ਬੱਚੇ ਉਹਨੂੰ ਤੰਗ ਕਰਨ ਲੱਗ ਜਾਂਦੇ ਨੇ ਕਹਿੰਦਾ ਬੜਾ ਕਸੂਤਾ ਫਸਿਆ ਹੁਣ ਕਲਗੀਧਰ ਪਾਤਸ਼ਾਹ ਨੇ ਗੁਰਸੇਖ ਨੂੰ ਆਖਿਆ ਤੂੰ ਵਾਹਿਗੁਰੂ ਜੀ ਦਾ ਬਣੇ ਰਹਿਣਾ ਤੂੰ ਪੁੱਤਰ ਹੀ ਬਣਿਆ ਰਹਿਣਾ ਤੂੰ ਪਿਓ ਨਹੀਂ ਬਣਨਾ ਬਸ ਆ ਸਿੱਖਿਆ ਜੇ ਆਪਾਂ ਮੰਨ ਲਈਏ ਨਾ ਤੇ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਹੈ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਠੀਕ ਹੈ ਉਹਨਾਂ ਦਾ ਜੀਵਨ ਵੀ ਤੁਸੀਂ ਪੜਿਆ ਪਰ ਕੁਝ ਅਸੀਆਂ ਘਟਨਾਵਾਂ ਨੇ ਜਿਹੜੀਆਂ ਸਾਰੀਆਂ ਨਹੀਂ ਵੀ ਲਿਖੀਆਂ ਜਾ ਸਕਦੀਆਂ ਪਤਾ ਵੀ ਨਹੀਂ ਹੁੰਦਾ ਸਾਨੂੰ ਕਿਸੇ ਨਾਲ ਕੋਈ ਕੌਤਕ ਵਰਤਿਆ ਹੁੰਦਾ ਹੈ ਕਿਸੇ ਨਾਲ ਕੋਈ ਬਚਨ ਹੋਇਆ ਹੁੰਦਾ ਔਰ ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਤੁਹਾਡੇ ਕੋਲ ਆਏ ਕਿਸੇ ਸਿੰਘ ਨਾਲ ਕੋਈ ਬਚਨ ਹੋਇਆ ਹੋਵੇਗਾ ਕਿਸੇ ਨਾਲ ਕੋਈ ਕੌਤਕ ਹੋਇਆ ਹੋਵੇਗਾ ਹੁਣ ਸਾਰਿਆਂ ਦਾ ਇੱਕ ਬੰਦੇ ਨੂੰ ਥੋੜਾ ਪਤਾ ਲੱਗ ਸਕਦਾ ਏਸ ਲਈ ਕੁਝ ਐਸੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਕੌਤਕ ਹੁੰਦੇ ਨੇ ਜਿਨ੍ਹਾਂ ਤੋਂ ਸਾਨੂੰ ਬੜੀ ਉਤਮ ਸਿੱਖਿਆ ਪ੍ਰਾਪਤ ਹੁੰਦੀ ਹੈ ਮਹਾਂਪੁਰਖ ਵੈਸਾਖੀ ਦਾ ਜੋੜ ਮੇਲਾ ਮਨਾਉਣ ਦੇ ਲਈ ਤਖਤ ਸ੍ਰੀ ਦਮਨਵਾ ਸਾਹਿਬ ਜੋ ਦਮਨੀ ਟਕਸਾਲ ਦਾ ਮੁਢਲਾ ਸਥਾਨ ਹੈ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਉਥੇ ਹੀ ਆਪਣੇ ਅਨਪਵ ਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਕੰਠੋ ਉਚਾਰਨ ਕੀਤਾ ਸੀ ਤੇ ਉਥੇ ਹੀ ਅਨਪਵੀ ਅਰਥਾਂ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਖਾਲਸਾ ਪੰਥ ਨੂੰ ਹੁਣ ਮਹਾਪੁਰਖ ਵੀ ਵਿਸਾਖੀ ਦਾ ਜੋੜ ਮੇਲਾ ਮਨਾਉਣ ਲਈ ਉਥੇ ਗਏ ਹੋਏ ਸਨ ਹੋਰ ਵੀ ਮਹਾਪੁਰਖ ਕਈ ਪੇਖਾਂ ਦੇ ਕਈ ਸੰਪਰਦਾਵਾਂ ਦੇ ਉੱਥੇ ਮਹਾਪੁਰਖ ਜਾਂਦੇ ਸਨ ਤੇ ਹੁਣ ਵੀ ਜਾਂਦੇ ਨੇ ਮਹਾਪੁਰਖ ਸ਼ਾਮ ਦੀ ਕਥਾ ਕਰਕੇ ਬਾਹਰ ਟਹਿਲਣ ਵਾਸਤੇ ਗਏ ਉੱਥੇ ਨੇੜੇ ਸੂਹਾ ਵਗਦਾ ਛੋਟੀ ਨਹਿਰ ਉਹਦੀ ਪਟੜੀ ਤੇ ਮਹਾਪੁਰਖ ਘੁੰਮਣ ਫਿਰਨ ਵਾਸਤੇ ਗਏ ਉਹਨਾਂ ਦੇ ਨਾਲ ਉਸ ਵੇਲੇ ਦੇ ਗੜਵਈ ਪਾਈ ਕਰਤਾਰ ਸਿੰਘ ਜੀ ਖੜਿਆਲ ਸਨ ਖੜਿਆਲ ਸੰਗਰੂਰ ਦੇ ਵਿੱਚ ਨਾਮ ਦੇ ਨੇੜੇ ਪਿੰਡ ਹੈ ਉਹ ਬਜ਼ੁਰਗ ਥੋੜਾ ਮੇਰਾ 2-3 ਸਾਲ ਹੀ ਹੋਈ ਚੜ੍ਹਾਈ ਕੀਤੀ ਉਹ ਮਹਾਂਪੁਰਖਾਂ ਦੇ ਕਈ ਬਚਨ ਸੁਣਾਉਂਦੇ ਸਨ ਕੁਝ ਹੱਡ ਬੀਤੀਆਂ ਕੁਝ ਜੱਗ ਬੀਤੀਆਂ ਉਹਨਾਂ ਦੇ ਕਿਉਂਕਿ ਨਾਲ ਸੀ ਗੜਵਈਆਂ ਨੂੰ ਜਾਦੇ ਪਤਾ ਹੁੰਦੇ ਉਹ ਕਹਿਣ ਲੱਗੇ ਜਦੋਂ ਮਹਾਪੁਰਖ ਬਾਹਰ ਟਹਿਲਣ ਵਾਸਤੇ ਗਏ ਉਸ ਵੇਲੇ ਮੈਂ ਮਹਾਪੁਰਖਾਂ ਦੇ ਨਾਲ ਸੀ ਉੱਥੇ ਇੱਕ ਨਿਰਮਲੇ ਸੰਤ ਮਹਾਪੁਰਖ ਵੀ ਆਏ ਹੋਏ ਸਨ ਅਚਾਨਕ ਜਦੋਂ ਮਹਾਪੁਰਖ ਸੂਏ ਤੇ ਟਹਿਲਣ ਵਾਸਤੇ ਗਏ ਉਹ ਮਹਾਪੁਰਖ ਨਿਰਮਲ ਪੇਖ ਦੇ ਸਾਧੂ ਸਨ ਤੇ ਹੈ ਉਹ ਵੀ ਬੜੇ ਪਹੁੰਚੇ ਹੋਏ ਸੀ ਕਮਾਈ ਵਾਲੇ ਸੀ ਤੇ ਵਿਦਵਾਨ ਵੀ ਝੋਟੀ ਦੇ ਸੀ ਰਾਸਤੇ ਵਿੱਚ ਅਚਾਨਕ ਮਿਲਾਪ ਹੋ ਗਿਆ ਉਹ ਨਿਰਮਲੇ ਸਾਧੂ ਮਹਾਪੁਰਖਾਂ ਨੂੰ ਕਹਿਣ ਲੱਗੇ ਵੀ ਮਹਾਪੁਰਖੋ ਇਹ ਪਰਮੇਸ਼ਰ ਨੇ ਇਸ ਬੱਬ ਦੇ ਨਾਲ ਅੱਜ ਤੁਹਾਡਾ ਮੇਲ ਕਰਵਾ ਦਿੱਤਾ ਠੀਕ ਹੈ ਸੰਗਤ ਵਿੱਚ ਮੈਂ ਕਈ ਵਾਰੀ ਮਿਲਿਆ ਆਪ ਜੀ ਦੇ ਦਰਸ਼ਨ ਹੋਏ ਪਰ ਕੁਝ ਬਚਨ ਬਲਾਸ ਕਰਨ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ ਵਿਚਾਰ ਤਾਂ ਜਰੂਰ ਸੁਣਦੇ ਰਹੇ ਆ ਪਰ ਜਿਹੜੇ ਬਚਨ ਬਲਾਸ ਉਹ ਆਪ ਜੀ ਦੇ ਨਾਲ ਸਾਂਝੇ ਨਹੀਂ ਹੋਏ ਤੇ ਨਾਲ ਹੀ ਕਹਿਣ ਲੱਗਾ ਮਹਾਰਾਜ ਇੱਕ ਮੇਰੇ ਮਨ ਦੇ ਵਿੱਚ ਸਵਾਲ ਹੈ 40 ਸਾਲ ਤੋਂ ਮੈਂ ਉਹ ਸਵਾਲ ਦੇ ਜਵਾਬ ਦੀ ਤਲਾਸ਼ ਵਿੱਚ ਵਿਚਰ ਰਿਹਾ ਹਾਂ ਬڑے-ਬڑے ਵਿਦਵਾਨਾਂ ਕੋਲ ਗਿਆ ਮਹਾਂਪੁਰਖਾਂ ਕੋਲ ਵੀ ਗਿਆ ਪਰ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਕਿਉਂ ਮੈਂ ਵੀ 40 ਸਾਲ ਕਾਂਸੀ ਤੋਂ ਪੜ੍ਹ ਕੇ ਆਇਆ ਹਾਂ ਚਾਰ ਵੀਦ ਖਾਟ ਸ਼ਾਸਤਰ 27 ਸਿਮਰਤੀਆਂ 18 ਪ੍ਰਾਣ ਵਿਆਕਰਣ ਨਿਰੁਕ ਜਿੰਨੀ ਵੀ ਵਿਦਿਆ ਹਿੰਦੂ ਮਾਦੀ ਉਹ ਮੈਂ ਸਾਰੀ ਪੜ੍ਹੀ ਹੋਈ ਹੈ ਇਸ ਕਰਕੇ ਜਿਹੜਾ ਮੇਰਾ ਸਵਾਲ ਹੈ 40 ਸਾਲ ਤੋਂ ਮੇਰੇ ਦਿਮਾਗ ਦੇ ਵਿੱਚ ਘੁੰਮ ਰਿਹਾ ਹੈ ਕਈਆਂ ਨੂੰ ਮੈਂ ਪੁੱਛਿਆ ਪਰ ਮੇਰਾ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਉਹ ਸਵਾਲ ਮੈਂ ਤੁਹਾਡੇ ਚਰਨਾਂ ਵਿੱਚ ਕਰਨਾ ਚਾਹੁੰਨਾ ਹਾਂ ਕਿਉਂਕਿ ਤੁਸੀਂ ਵਿਦਵਾਨ ਵੀ ਹੋ ਤੇ ਵਿਦਵਾਨ ਹੋਣ ਦੇ ਨਾਲ-ਨਾਲ ਤੁਸੀਂ ਅਕਾਲ ਪੁਰਖ ਦੇ ਦਰੋਂ ਕਰੂੰ ਪਰਵਾਨੇ ਹੋਏ ਮਹਾਪੁਰਖੋ ਇਸ ਲਈ ਮੈਨੂੰ ਭਰੋਸਾ ਹੈ ਮੈਨੂੰ ਯਕੀਨ ਹੈ ਉਸ ਸਵਾਲ ਦਾ ਜਵਾਬ ਤੁਸੀਂ ਹੀ ਦੇ ਸਕਦੇ ਹੋ ਮਹਾਪੁਰਖ ਕਹਿਣ ਲੱਗੇ ਦੱਸੋ ਕੀ ਸਵਾਲ ਹੈ ਤੇ ਉਹ ਨਿਰਮਲੇ ਮਹਾਤਮਾ ਕਹਿਣ ਲੱਗੇ ਉਹ ਸਵਾਲ ਇਹ ਹੈ ਜਿੰਨੇ ਹੋਰ ਧਰਮ ਨੇ ਉਹ ਮਨੁੱਖ ਨੂੰ ਜੀਵਨ ਜਿਉਣ ਦਾ ਟੰਗ ਦੱਸਦੇ ਨੇ ਜੀਵਨ ਕਿਵੇਂ ਜਿਉਣਾ ਇਹੀ ਕੁਛ ਹੀ ਆ ਉਹਨਾਂ ਕੋਲ ਜਿਹੜੇ ਦੂਜੇ ਧਰਮ ਨੇ ਉਹ ਇਸ ਜੀਵਨ ਨੂੰ ਜਿਉਉਣ ਦਾ ਟੰਗ ਤਰੀਕਾ ਲੋਕਾਂ ਨੂੰ ਸਮਝਾਉਂਦੇ ਨੇ ਤੇ ਇਹ ਜਿਹੜਾ ਸਿੱਖ ਧਰਮ ਹੈ ਇਹ ਵੀ ਇਹੀ ਕੁਛ ਦੱਸਦਾ ਹੈ ਜੀਵਨ ਕਿਵੇਂ ਜਿਉਣਾ ਹੈ ਮੇਰਾ ਸਵਾਲ ਇਹ ਹੈ ਦੂਜੇ ਧਰਮਾਂ ਦੇ ਵਿੱਚ ਤੇ ਸਿੱਖ ਧਰਮ ਦੇ ਵਿੱਚ ਅੰਤਰ ਕੀ ਹੈ ਇਹਦੀ ਕੀ ਵਿਸ਼ੇਸ਼ਤਾ ਹੈ ਤਾਂ ਮਹਾਪੁਰਖ ਉਸ ਵੇਲੇ ਕਹਿਣ ਲੱਗੇ ਮਹਾਤਮਾ ਜੀ ਠੀਕ ਹੈ ਦੂਜੇ ਧਰਮ ਜੀਵਨ ਜਾਂਚ ਦੱਸਦੇ ਨੇ ਜੀਵਨ ਜਿਹਾ ਹੁੰਦਾ ਟੰਗ ਦੱਸਦੇ ਨੇ ਪਰ ਯਾਦ ਰੱਖੋ ਸਿੱਖ ਧਰਮ ਦੀ ਜਿਹੜੀ ਸ਼ੁਰੂਆਤ ਹੈ ਉਹ ਮਰਨ ਤੋਂ ਸ਼ੁਰੂ ਹੁੰਦੀ ਹੈ ਜਿਉਣ ਤੋਂ ਨਹੀਂ ਮਰਨ ਤੋਂ ਸ਼ੁਰੂ ਹੁੰਦੀ ਹੈ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਤਿਗੁਰੂ ਬਾਣੀ ਵਿੱਚ ਆਖਦੇ ਨੇ ਸਿਖਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੀਣ ਕਾ ਤੋ ਆਓ ਹਮਾਰੇ ਪਾਸ ਪਹਿਲਾ ਮਰਣਾ ਤੇ ਫਿਰ ਕਬੂਲ ਹੋਇਆ ਜਾਣਾ ਇਹ ਗੁਰਮਤ ਦਾ ਸਿਧਾਂਤ ਹੈ ਸਿਰ ਤਲੀ ਤੇ ਰੱਖ ਕੇ ਗੁਰੂ ਦੇ ਕੋਲ ਆਉਣਾ ਇਹ ਸਿੱਖ ਧਰਮ ਦੀ ਬੁਨਿਆਦ ਹੈ ਮਹਾਂਪੁਰ ਕਹਿਣ ਲੱਗੇ ਜਿਹੜੇ ਦੂਜੇ ਧਰਮ ਨੇ ਉਸ ਜੀਵਨ ਨੂੰ ਜਿਉਣ ਦਾ ਢੰਗ ਦੱਸਦੇ ਨਹੀਂ ਜਿਹੜਾ ਸਿੱਖ ਧਰਮ ਹੈ ਇਸ ਜੀਵਨ ਤੋਂ ਪਰੇ ਦਾ ਇੱਕ ਜੀਵਨ ਹੈ ਜਿਸ ਨੂੰ ਆਪਾਂ ਰੂਹਾਨੀ ਜੀਵਨ ਆਤਮਕ ਜੀਵਨ ਕਹਿ ਸਕਦੇ ਹਾਂ ਸਿੱਖ ਧਰਮ ਸਾਨੂੰ ਉਹ ਜੀਵਨ ਜਿਉਣ ਦੀ ਜਾਚ ਸਿਖਾਉਂਦਾ ਹੈ ਜਿਸ ਜੀਵਨ ਦਾ ਆਰੰਭ ਮਰਨ ਤੋਂ ਹੁੰਦਾ ਹੈ ਤੇ ਕਦੇ ਫਿਰ ਮੌਤ ਆਉਂਦੀ ਹੀ ਨਹੀਂ ਇਹੀ ਸਿੱਖ ਧਰਮ ਤੇ ਦੂਜੇ ਧਰਮਾਂ ਦੇ ਵਿੱਚ ਫਰਕ ਹੈ ਦੂਜੇ ਧਰਮ ਕੇਵਲ ਜੀਵਨ ਜਿਉਣ ਦਾ ਢੰਗ ਦੱਸਦੇ ਨੇ ਸਿੱਖ ਧਰਮ ਇਸ ਜੀਵਨ ਤੋਂ ਪਰੇ ਜਿਹੜਾ ਪਰਲਾ ਜੀਵਨ ਹੈ ਅਲੌਕਿਕ ਜੀਵਨ ਹੈ ਰੂਹਾਨੀ ਜੀਵਨ ਹੈ ਸਦਾਵੀ ਜੀਵਨ ਹੈ ਉਹ ਜਿਉਣ ਦਾ ਢੰਗ ਸਿਖਾਉਂਦਾ ਹੈ ਉਹ ਜੀਵਨ ਕਿਵੇਂ ਸਾਨੂੰ ਪ੍ਰਾਪਤ ਹੋ ਸਕਦਾ ਹੈ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਆ ਨਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਜਿਹੜੇ ਬ੍ਰह्म ਗਿਆਨੀ ਨੇ ਉਹ ਹਮੇਸ਼ਾ ਜਿਉਂਦੇ ਨੇ ਉਹਨਾਂ ਨੂੰ ਮੌਤ ਨਹੀਂ ਕਦੀ ਮਾਰ ਸਕਦੀ ਮੌਤ ਉਹਨਾਂ ਦੇ ਨੇੜੇ ਆਉਂਦੀ ਹੀ ਨਹੀਂ ਭਗਤ ਕਬੀਰ ਜੀ ਵਰਗੇ ਮਹਾਪੁਰਖ ਜਦੋਂ ਸਾਹਮਣੇ ਮੌਤ ਆਈ ਤੇ ਉਹ ਖੁਸ਼ੀ ਵਿੱਚ ਕਹਿਣ ਲੱਗ ਪਏ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਸਿੱਖ ਧਰਮ ਮਰਨ ਤੋਂ ਬਾਅਦ ਆਨੰਦ ਵਿੱਚ ਜੀਵਨ ਦੀ ਯਾਤ ਸਾਨੂੰ ਸਿਖਾਉਂਦੇ ਇਹ ਗੱਲ ਸੁਣ ਕੇ ਉਹ ਨਿਰਮਲੇ ਸੰਤ ਮਹਾਂਪੁਰਖਾਂ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ ਮਹਾਂਪੁਰਖ ਕਹਿੰਦੇ ਨਹੀਂ ਇਹ ਕੰਮ ਨਹੀਂ ਕਰਨਾ ਫਿਰ ਉਹਨੇ ਆਪਣੀ ਸਰਦਾ ਭਾਵਨਾ ਦਾ ਇਜ਼ਹਾਰ ਕਰਦਿਆਂ ਹੋਇਆਂ ਆਖਿਆ ਵੀ ਮਹਾਂਪੁਰਖੋ ਮੇਰਾ ਜੀ ਇਹ ਕਰਦਾ ਕਿ ਮੈਂ ਅੱਜ ਤੁਹਾਨੂੰ ਗੁਰੂ ਧਾਰਨ ਕਰ ਲਵਾਂ ਗੁਰੂ ਮੰਨ ਲਵਾਂ ਇਹ ਉਹਦੀ ਭਾਵਨਾ ਹੋ ਸਕਦੀ ਹੈ ਪਰ ਅੱਗੂ ਮਹਾਪੁਰਖਾਂ ਨੇ ਕੀ ਆਖਿਆ ਗੱਲ ਉਹ ਸੁਣਨ ਵਾਲੀ ਹੈ ਮਹਾਪੁਰ ਕਹਿਣ ਲੱਗੇ ਮਹਾਤਮਾ ਜੀ ਗੁਰੂ ਬਣਨਾ ਬਹੁਤ ਔਖਾ ਹੈ ਗੁਰੂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਬਹੁਤ ਔਖੀਆਂ ਨੇ ਕਦੇ ਗੁਰਬਾਣੀ ਪੜ੍ਹ ਕੇ ਦੇਖੋ ਗੁਰੂ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਸਤਗੁਰ ਸਿੱਖਾਂ ਹਲਤ ਪਲਤ ਸਵਾਰ ਹੈ ਗੁਰੂ ਨੂੰ ਸਿੱਖ ਦਾ ਲੋਕ ਤੇ ਪ੍ਰਲੋਕ ਸਵਾਰਨਾ ਪੈਂਦਾ ਇਸ ਲਈ ਤੁਸੀਂ ਆਖਦੇ ਹੋ ਮੈਂ ਤੁਹਾਨੂੰ ਗੁਰੂ ਧਾਰਨ ਕਰ ਲਵਾਂ ਪਰ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਇਹ ਬੇਨਤੀ ਕਰਾਂਗਾ ਤੁਸੀਂ ਜੁਗੋ ਜੁਗ ਅਟਲ ਸਤਿਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰੋ ਖੰਡੇ ਬਾਟੇ ਦਾ ਅਮਰਤ ਛਕੋ ਤੇ ਗੁਰੂ ਵਾਲੇ ਬਣੋ ਤੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਬਣ ਕੇ ਭਿਓ ਬਣ ਕੇ ਨਹੀਂ ਸੁਪੁੱਤਰ ਬਣ ਕੇ ਉਹਨਾਂ ਦੀ ਗੋਤ ਦਾ ਆਨੰਦ ਮਾਣ ਸਕਦੇ ਹੋ ਇਹ ਗੱਲ ਸੁਣ ਕੇ ਮਹਾਤਮਾ ਨਿਰਮਲ ਸੰਤ ਉਸ ਵੇਲੇ ਆਪਣੇ ਆਪ ਹੀ ਉਹਨਾਂ ਦਾ ਸ੍ਰਮਾ ਪੁਰਖਾਂ ਦੇ ਚਰਨਾਂ 'ਤੇ ਝੁਕ ਗਿਆ ਤੇ ਕਹਿਣ ਲੱਗੇ ਏਡੀ ਵੱਡੀ ਵਡਿਆਈ ਸਰਬਕਤਾ ਦੇ ਮਾਲਕ ਹੋ ਕੇ ਇੰਨੀ ਨਿਮਰਤਾ ਇੰਨੀ ਹਲੀਮੀ ਇੰਨੀ ਨਿਰਮਾਨਤਾ ਕਿਉਂ ਦੁਨੀਆ ਵਿੱਚ ਵਿਦਵਾਨ ਬਹੁਤ ਮਿਲ ਜਾਂਦੇ ਨੇ ਅੱਜਕੱਲ ਤੁਸੀਂ ਦੇਖੋ ਨਾ ਇਹੋ ਜਿਹੇ ਵਿਦਵਾਨ ਪੈਦਾ ਹੋ ਚੁੱਕੇ ਨੇ ਜਿਨ੍ਹਾਂ ਦਾ ਨਾ ਤੇ ਗੁਰੂ ਤੇ ਪੁਰੋਸਾ ਹੈ ਨਾ ਗੁਰੂ ਦੀ ਬਾਣੀ ਤੇ ਨਾ ਅਮਰਤ ਨਾ ਦਸਮ ਗ੍ਰੰਥ ਦੀ ਬਾਣੀ ਤੇ ਨਾ ਇਤਿਹਾਸ ਤੇ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਿਸੇ ਗੱਲ ਤੇ ਉਹ ਯਕੀਨ ਉਹਨਾਂ ਦਾ ਹੈ ਹੀ ਨਹੀਂ ਹਰ ਗੱਲ ਤੇ ਤਰਕ ਹਰ ਗੱਲ ਦੀ ਆਲੋਚਨਾ ਆ ਵੀ ਬਾਣੀ ਨਹੀਂ ਆ ਵੀ ਬਾਣੀ ਨਹੀਂ ਤੁਸੀਂ ਸੁਣਦੇ ਹੀ ਹੋ ਨਾ ਸਭ ਕੁਝ ਤੁਹਾਨੂੰ ਪਤਾ ਹੈ ਜਿਹੜੇ ਇਹੋ ਜਿਹੇ ਵਿਦਵਾਨ ਨੇ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਲਿਖਿਆ ਹੈ ਪੜਿਆ ਮੂਰਖ ਆਖਿਆ ਜਿਤ ਲੱਭ ਲੋਭ ਹੰਕਾਰ ਮਹਾਂਪੁਰ ਕਹਿੰਦੇ ਪਾਈ ਜਿਹੜੇ ਵਿਦਵਾਨ ਨੇ ਨਾ ਕੱਚੇ ਭੂਤਣੇ ਹੁੰਦੇ ਐ ਇਹੋ ਜਿਹੇ ਉਹਨਾਂ ਨੂੰ ਵਸ ਕਰਨਾ ਬਹੁਤ ਔਖਾ ਹੈ ਹੁਣ ਵੀ ਕੋਈ ਕਿਸੇ ਦੀ ਗੱਲ ਸੁਣਦਾ ਹੈ ਕੋਈ ਇਸੇ ਲਈ ਭਗਤ ਕਬੀਰ ਜੀ ਨੇ ਵੀ ਇਹੋ ਜੇ ਲੋਕਾਂ ਦੇ ਬਾਰੇ ਕਹਿ ਦਿੱਤਾ ਬ੍ਰਹਮਾ ਹੂ ਕੋ ਕਹੋ ਨਾ ਮੰਨੇ ਉਹ ਬ੍ਰਹਮਾ ਵਿਦਾਂ ਦਾ ਕਰਤਾ ਹੋਇਆ ਜੇ ਉਹ ਵੀ ਆ ਕੇ ਉਹਨਾਂ ਨੂੰ ਆਖੇ ਨਾ ਵੀ ਤੁਸੀਂ ਮੇਰੀ ਗੱਲ ਮੰਨ ਲਵੋ ਕਹਿੰਦੇ ਅਸੀਂ ਨਹੀਂ ਮਰਨੀ ਤੇ ਜੇ ਮੈਂ ਇਹ ਕਹਿ ਲਵਾਂ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਆ ਕੇ ਕਹਿਣ ਉਹਨਾਂ ਦੇ ਵੀ ਇਹ ਗੱਲ ਨਹੀਂ ਮੰਨਣਗੇ ਜਦੋਂ ਵਿਸ਼ਵਾਸ ਹੀ ਨਹੀਂ ਉਹਨਾਂ ਦਾ ਇਸ ਲਈ ਇਹੋ ਜਿਹੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਕੌਮ ਦਾ ਸਵਾਰਨਾ ਤੇ ਕੁਝ ਨਹੀਂ ਤੇ ਦੁਬ ਦਾ ਜ਼ਰੂਰ ਪੈਦਾ ਕਰ ਦਿੰਦੇ ਨੇ ਗੁਰੂ ਨਾਲੋਂ ਸ਼ਰਧਾ ਜ਼ਰੂਰ ਤੋੜ ਦਿੰਦੇ ਨੇ ਟੁੱਟੀ ਵੀ ਆ ਕਈਆਂ ਦੀ ਕਈ ਸੱਜਣ ਮਿਲਦੇ ਨੇ ਇਸ ਲਈ ਇਹੋ ਜੀ ਜਿਹੜੀ ਵਿਦਿਆ ਹੈ ਇਹ ਤੂੰ ਰੱਬ ਬਚਾਵੇ ਵਿਦਵਾਨ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਬੜੇ-ਬੜੇ ਵਿਦਵਾਨ ਤੁਹਾਨੂੰ ਮਿਲ ਜਾਂਦੇ ਨੇ ਦੁਨੀਆਂ ਵਿੱਚ ਮਹਾਨ ਹੋ ਜਾਣਾ ਮਹਾਨ ਤੋਂ ਪਾਵੈ ਪੂਜਨੀਕ ਸਤਕਾਰਤ ਪੂਜਾ ਪ੍ਰਤਿਸ਼ਟਾ ਕਰਵਾਉਣ ਵਾਲੇ ਬਣ ਜਾਣਾ ਇਹ ਵੀ ਕੋਈ ਵੱਡੀ ਗੱਲ ਨਹੀਂ ਕਈ ਵਿਦਵਾਨ ਹੁੰਦੇ ਨੇ ਪਰ ਮਹਾਨ ਨਹੀਂ ਹੁੰਦੇ ਪਰ ਮਹਾਪੁਰਖ ਆਖਦੇ ਸਨ ਵਿਦਵਾਨ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਮਹਾਨ ਹੋ ਜਾਣਾ ਵੀ ਕੋਈ ਵੱਡੀ ਗੱਲ ਨਹੀਂ ਤੇ ਨਿਰਮਾਨ ਹੋਣਾ ਇਹ ਗੁਰਸਿੱਖੀ ਦਾ ਸਭ ਤੋਂ ਵੱਡਾ ਸਿਧਾਂਤ ਹੈ ਇਹ ਨਿਮਰਤਾ ਮਹਾਪੁਰਖਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਤੁਸੀਂ ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਦੇ ਦਰਸ਼ਨ ਕੀਤੇ ਨੇ ਦਾਸ ਨੇ ਤਾਂ ਸਾਰੇ ਮਹਾਪੁਰਖਾਂ ਦੀ ਤਰ੍ਹਾਂ ਸੰਗਤ ਕੀਤੀ ਦਰਸ਼ਨ ਵੀ ਕੀਤੇ ਬਚਨ ਵੀ ਸੁਣੇ ਪਰ ਜੋ ਨਿਮਰਤਾ ਬਾਬਾ ਜੀ ਵੀ ਤੁਸੀਂ ਦੇਖੀ ਹੈ ਇਹ ਸਾਰੀ ਉਹਨਾਂ ਮਹਾਂਪੁਰਖਾਂ ਤੋਂ ਮਿਲੀ ਹੋਈ ਸੀ ਇਸ ਕਰਕੇ ਆਪਾਂ ਇਹ ਸਥਾਨ ਇੱਥੇ ਬਾਬਾ ਜੀ ਨੇ ਚਰਨ ਪਾਇਏ ਤ੍ਰਿਸੀ ਆਸਾਨ ਉੱਥੇ ਵੀ ਮਹਾਂਪੁਰਖਾਂ ਨੇ ਭਾਗ ਲਾਏ ਸੰਗਤਾਂ ਜੁੜਦੀਆਂ ਨੇ ਸਿੱਖੀ ਦਾ ਪ੍ਰਚਾਰ ਹੁੰਦਾ ਸੰਥਿਆ ਕਰਵਾਈ ਜਾਂਦੀ ਹੈ ਗੁਰਬਾਣੀ ਸੁਧ ਪੜਨੀ ਸਿਖਾਈ ਜਾਂਦੀ ਹੈ ਇਹ ਸਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਦਾਸ ਇਸ ਲਈ ਬੇਨਤੀ ਕਰ ਰਿਹਾ ਹੈ ਕਿ ਆਪਾਂ ਨਿਰਮਾਣ ਹੋ ਕੇ ਸੇਵਾ ਕਰਨੀ ਹੈ ਕਿਉਂਕਿ ਨਿਰਮਾਣਤਾ ਸਿੱਖੀ ਦਾ ਵੱਡਾ ਗੁਣ ਹੈ ਤੇ ਮਹਾਂਪੁਰਖਾਂ ਦੇ ਵਿੱਚ ਇਹ ਗੁਣ ਵਿਸ਼ੇਸ਼ ਸੀ ਸਭ ਕੁਝ ਹੁੰਦਿਆਂ ਹੋਇਆਂ ਨਿਮਰਤਾ ਦੇ ਵਿੱਚ ਰਹਿੰਦੇ ਸਨ ਤੇ ਆਪਾਂ ਵੀ ਨਿਮਰਤਾ ਦੇ ਸਹਤ ਹੋ ਕੇ ਗੁਰੂ ਦੀ ਸੇਵਾ ਕਰਨੀ ਹੈ ਕਥਾ ਪ੍ਰਚਾਰ ਕਰਨਾ ਹੈ ਹੋਰ ਸਾਰੀਆਂ ਸੇਵਾਵਾਂ ਕਰਨੀਆਂ ਨੇ ਤੇ ਇਹਦੇ ਨਾਲ ਹੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਸਕਦੀਆਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉ ਕੀ ਆ ਰੀਸ ਮਹਾਂਪੁਰ ਕਹਿਣ ਲੱਗੇ ਉਸ ਨਿਰਮਲੇ ਸੰਤਾਂ ਨੂੰ ਵੀ ਆਪਾਂ ਗੁਰੂ ਮਹਾਰਾਜ ਦੇ ਪੁੱਤਰ ਬਣਨਾ ਹੈ ਗੁਰੂ ਮਹਾਰਾਜ ਦੀ ਨਿੱਗੀ ਗੋਦ ਦਾ ਆਨੰਦ ਮੰਨਣਾ ਯਾਦ ਰੱਖੋ ਜਿਹੜਾ ਸੁੱਖ ਪੁੱਤਰ ਨੂੰ ਪਿਤਾ ਦੀ ਗੋਦ ਵਿੱਚੋਂ ਮਿਲਦਾ ਹੈ ਨਾ ਹੋਰ ਰਾਜ ਵਿੱਚੋਂ ਵੀ ਉਹ ਸੁੱਖ ਨਹੀਂ ਮਿਲ ਸਕਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮੰਨ ਪ੍ਰੀਤ ਚਰਨ ਕਮਲਾਰੇ ਤੇ ਆਪਾਂ ਉਹ ਸੁੱਖ ਮੰਨਣਾ ਹੈ ਤੇ ਉਹ ਤਾਂ ਹੀ ਮਿਲੇਗਾ ਜੀ ਆਪਾਂ ਨਿਮਰਤਾ ਵਿੱਚ ਰਹਿ ਕੇ ਨਿਰਮਾਨਤਾ ਵਿੱਚ ਰਹਿ ਕੇ ਸੇਵਾ ਕਰਾਂਗੇ ਸੋ ਦਾਸ ਨੂੰ ਆਪ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਾਰੀਆਂ ਸੰਤਾਂ ਦਾ ਇਸ ਆਸਥਾਨ ਦੇ சிவாਧਾਰਾਂ ਦਾ ਟਕਸਾਲ ਦੇ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਆਪਾਂ ਸਾਰੇ ਮਹਾਂਪੁਰਖਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸੇਧ ਲੈ ਕੇ ਤੇ ਗੁਣ ਧਾਰਨ ਕਰਕੇ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਅਸੀਸ ਦਿਓ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਹੋਈਆਂ ਪੁੱਲਾਂ ਚੁੱਕਾਂ ਲਈ ਖਿਮਾਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ